ਜਦੋਂ ਜੀ ਵੇਗਨ ਗਾਣਾ ਆਇਆ 2017 ਦੇ ਵਿੱਚ ਉਦੋਂ ਇੱਥੇ ਆਪਣੇ ਬ੍ਰੈਂਪਟਨ ਬੜਾ ਹੋਇਆ ਵੀ ਆਪਣੇ ਇੱਥੇ ਦਾ ਮੁੰਡਾ ਆ ਨਾ ਵੀ ਸਟੂਡੈਂਟ ਆ ਵੀ ਉਹਦਾ ਗਾਣਾ ਆਇਆ ਬੜਾ ਅਸੀਂ ਗੱਡੀਆਂ-ਗੱਡੀਆਂ 'ਚ ਵਜਾਇਆ ਜਿਹਦੇ ਇਸ ਬੰਦੇ ਦੇ ਵਿੱਚ ਨਾ ਇਨਸਾਨੀਅਤ ਹੈਗੀ ਆ ਉਹ ਸਬੰਦੇ ਨੇ ਨਾ ਉਸ ਦਿਨ ਸੋਗ ਮਨਾਇਆ ਛੋਟੇ-ਛੋਟੇ ਨਿਆਣੇ ਵੀ ਰੋਂਦੇ ਸੀਗੇ ਰੋਂਦੇ ਸੀ ਉਹ ਵੀ ਹਨਾ ਕਾਲੇ-ਗੋਰੇ ਜਿਹੜੇ ਉਹਦੇ ਗੀਤਾਂ ਤੇ ਰਿਐਕਟ ਕਰਦੇ ਆ ਹਨਾ ਇੰਨੇ ਲੋਕਾਂ ਦੀ ਭਲਾਈ ਕਰਨਾ ਚਾਹੁੰਦਾ ਸੀ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਸੀ ਕਿ ਯਾਰ ਉਹਦੇ ਗਾਣਿਆਂ ਤੇ ਕਈ ਹਨਾ ਉਹ ਵੀ ਬਹੁਤ ਕਿੰਤੂ ਪਰੰਤੂ ਕਰਦੇ ਆ ਵੀ ਹਥਿਆਰਾਂ ਵਾਲੇ ਹਨਾ ਗੀਤ ਗਾਉਂਦਾ ਸੀ ਹਨਾ ਉਹਨੇ ਕਦੇ ਵੀ ਜਿੱਦਾਂ ਕੁੜੀਆਂ ਨੂੰ ਗਲਤ ਕੱਪੜੇ ਪਵਾ ਕੇ ਜਾਂ ਕੁੜੀਆਂ ਬਾਰੇ ਕੋਈ ਗਲਤ ਇਦਾਂ ਦਾ ਗੀਤ ਨਹੀਂ ਗਾਇਆ ਜਿਹਦੇ ਕਰਕੇ ਉਹਦੇ ਹਨਾ ਮਾਪਿਆਂ ਨੂੰ ਵੀ ਸਿਰ ਝੁਕਾਉਣਾ ਪਵੇ ਜਾਂ ਇਦਾਂ ਬਥੋਰੇ ਨਾ ਇੱਕ दारू ਮੈਂ ਨਹੀਂ ਦੇਖਿਆ ਵੀ ਸਿੱਧੂ ਦਾਰੂ ਪ੍ਰਮੋਟ ਕਰਦਾ ਹੋਵੇ ਜਾਂ ਕਿਸੇ ਗਾਣੇ ਦੇ ਵਿੱਚ ਉਹਨੇ ਸ਼ਰਾਬ ਦਾ ਜ਼ਿਕਰ ਕੀਤਾ ਹੋਵੇ ਕਿ ਉਹਦੇ ਆਖਰੀ ਟਾਈਮ ਦੇ ਵਿੱਚ ਉਹ ਵੀ ਜਾਨੀ ਕਿ ਬਹੁਤ ਆਈਸੋਲੇਟ ਹੋ ਚੁੱਕਿਆ ਸੀ ਕਈ ਵਾਰ ਜਦੋਂ ਉਹਨਾਂ 29 ਮਈ ਨੂੰ ਇਹ ਬਾਣਾ ਵਾਪਰਿਆ ਉਦੋਂ ਚਲੋ ਜਿਹੜੇ ਸਿੱਧੂ ਦੇ ਫੈਨ ਸੀਗੇ ਜਾਂ ਜਿਹੜੇ ਉਹਨੂੰ ਸੁਣਦੇ ਸੀਗੇ ਜ਼ਿਆਦਾ ਹਨਾ ਉਹਨਾਂ ਨੂੰ ਤਾਂ ਚਲੋ ਸੋਗ ਸੀਗਾ ਹਨਾ ਇੱਕ ਨਾਲ ਹੀ ਸ਼ੌਕ ਵਾਲੀ ਗੱਲ ਸੀਗੀ ਪਰ ਜਿਹੜੇ ਉਹਨੂੰ ਨਹੀਂ ਵੀ ਸੁਣਦੇ ਸੀਗੇ ਹਨਾ ਜਾਂ ਜਿਹੜੇ ਉਹਦੇ ਆਲੋਚਕ ਵੀ ਰਹੇ ਸੀਗੇ ਜਾਂ ਜਿਹੜੇ ਉਹਦੇ ਗੀਤਾਂ ਦੇ ਨਾਲ ਸਹਿਮਤ ਨਹੀਂ ਸੀਗੇ ਉਹਨਾਂ ਨੂੰ ਵੀ ਲੱਗਿਆ ਵੀ ਕਿਤੇ ਨਾ ਕਿਤੇ ਵੀ ਗੱਲ ਹਨਾ ਵੀ ਠੀਕ ਨਹੀਂ ਹੋਈ ਜੋ ਵੀ ਹੋਇਆ ਹਨਾ ਮੈਂ ਵੀ ਕਮ ਜੇ ਮੈਂ ਆਪਣੀ ਕਮਾ ਹਨਾ ਮੈਂ ਗਾਣੇ ਜ਼ਰੂਰ ਸੁਣਦਾ ਸੀਗਾ ਉਹਦੇ ਹਨਾ ਹੁਣ ਵੀ ਸੁਣੀਦੇ ਆ ਪਰ ਆਪਾਂ ਇਦਾਂ ਕਿਸੇ ਦੇ ਨਹੀਂ ਸੀਗੇ ਵੀ ਉਹਦੇ ਨਾਲ ਇੰਨੀ ਅਟੈਚਮੈਂਟ ਆਪਣੀ ਹਨਾ ਸਿੱਧੂ ਮੂਸੇ ਵਾਲੇ ਨਾਲ ਨਹੀਂ ਸੀਗੀ ਪਰ ਫੇਰ ਵੀ ਜਾਨੀ ਕਿ ਐਜ਼ ਅ ਪਰਸਨ ਜੇ ਤੁਸੀਂ ਹਨਾ ਸਮਝੋ ਕੀ ਉਸ ਦਿਨ ਕੀ ਹੋਇਆ ਉਹ ਬਹੁਤ ਦੁਖਦਈ ਸੀਗਾ ਜੇ ਹਨਾ ਆਪਾਂ ਗੱਲ ਕਰੀਏ ਜਿੱਦਾਂ ਹੁਣ ਤੂੰ ਕਹਿੰਦਾ ਆ ਕਿ ਮਾੜਾ ਹੋਇਆ ਹਨਾ ਵੀ ਇਦਾਂ ਯਾਰ ਉਹ ਕੋਈ ਵੀ ਆ ਜੇ ਕੋਈ ਵੀ ਇਨਸਾਨ ਹਮ ਇੰਨੀ ਉਮਰ ਦੇ ਵਿੱਚ ਜਾਂਦਾ ਆ ਹਮ ਹਨਾ ਉਹਦਾ ਦੁੱਖ ਤਾਂ ਲੱਗਦਾ ਹੀ ਆ ਉਹਦੇ ਮਾਪੇ ਘਰਦਿਆਂ ਨੂੰ ਤਾਂ ਲੱਗਣੇ ਲੱਗਣਾ ਆ ਬਾਹਰ ਜਿਹੜੇ ਨਾਲ ਲੋਕੀ ਜੁੜੇ ਹੁੰਦੇ ਆ ਕਿ ਯਾਰ ਵੀ ਉਮਰ ਬਹੁਤ ਥੋੜੀ ਸੀ ਬਹੁਤ ਬਹੁਤ ਹਾਂ ਹਨ ਵੀ ਦੁੱਖ ਉਹ ਤਾਂ ਯਾਰ ਉਹਦਾ ਤਾਂ ਹੋਣਾ ਹੀ ਹੋਣਾ ਉਹਦੀ ਤਾਂ ਫੈਨ ਫੋਲੋਇੰਗ ਇੰਨੀ ਸੀਗੀ ਹਨਾ ਉਹਨਾਂ ਨੂੰ ਤਾਂ ਹੋਣਾ ਹੀ ਹੋਣਾ ਆ ਵੀ ਇੱਕ ਪ੍ਰਸਿੱਧ ਸਿੰਗਰ ਗੀਤਕਾਰ ਹਮ ਸੀਗਾ ਹਨਾ ਤੇ ਜਿਹਨੂੰ ਇੰਨੇ ਲੋਕੀ ਸੁਣਦੇ ਸੀਗੇ ਵਰਲਡਵਾਈਡ ਸੀਗਾ ਉਹ ਹਾਂ ਆ ਹੁਣ ਵੀ ਦੇਖ ਲਓ ਉਹਦੇ ਜੇ YouTube ਤੇ ਤੁਸੀਂ ਪਾਉਂਗੇ ਨਾ ਰਿਐਕਸ਼ਨ ਹਨਾ ਸਿੱਧੂ ਮੂਸੇ ਵਾਲਾ Song reaction ਅੱਧੇ ਤੋਂ ਜ਼ਿਆਦਾ ਹਨਾ ਇੱਥੇ US ਦੇ ਤੁਹਾਨੂੰ ਲੱਭ ਜਾਣਗੇ ਹਨਾ ਕਾਲੀ ਗੋਰੀ ਜਿਹੜੇ ਉਹਦੇ ਗੀਤਾਂ ਤੇ ਰਿਐਕਟ ਕਰਦੇ ਆ ਨਾ ਇੰਨੇ ਇੰਨੇ ਕਿਸੇ ਮਾੜੇ ਸਿੰਗਰ ਦੇ ਇੰਨੇ ਗਾਣੇ ਦੇ ਵੀਊ ਨਹੀਂ ਹੁੰਦੇ ਜਿੰਨੇ ਇੱਕ ਉਹਦੀ ਰਿਐਕਸ਼ਨ ਵਾਲੀ ਵੀਡੀਓ ਤੇ ਹਨਾ ਉਹਨਾਂ ਚੈਨਲਾਂ ਦੇ ਉੱਤੇ ਜਾ ਕੇ ਦੇਖੋ ਵੀਊ ਆ ਮਿਲੀਅਨ ਮਿਲੀਅਨ ਤੱਕ ਵੀਊ ਉਹ ਜਿਹੜੇ ਜਿਨ੍ਹਾਂ ਲੋਕਾਂ ਨੇ ਉਹਦੇ ਗਾਣਿਆਂ ਦੇ ਉੱਤੇ ਰਿਐਕਟ ਕੀਤਾ ਵੀ ਕਿੱਦਾਂ ਦਾ ਲਿਖਿਆ ਹਨਾ ਹਾਂ ਯਾਰ ਉਹ ਵੀ ਆ ਉਹਦੇ ਗਾਣਿਆਂ ਦੀ ਜਿਹੜੀ ਬੀਟ ਸੀਗੀ ਹਨਾ ਤੁਹਾਨੂੰ ਬੂਸਟ ਕਰਦੀ ਸੀ ਹਾਂ ਪੰਪ ਦਿੰਦੀ ਸੀ ਪੰਪ ਦਿੰਦੀ ਸੀ ਤੁਸੀਂ ਹਾਂ ਤੁਸੀਂ ਸੁਣ ਲਓ ਉਹਦੇ ਗਾਣੇ ਹਨਾ ਤੁਹਾਨੂੰ ਆਪਣੇ ਆਪ ਨੂੰ ਇਦਾਂ ਨਾ ਕੋਸ਼ੰਦਰੂ ਬੂਸਟ ਯਾਉਣ ਲੱਪਣਾ ਹਾਂ ਮੰਦ ਵਧੀਆ ਯਾ ਫੀਲ ਕਰਨ ਲੱਪਣਦਾ ਯਾ ਹਨ ਤੇ ਮੈਂ ਤੈਨੂੰ ਆਪਣਾ ਤਾਂ ਮੈਂ ਮੈਂ ਗਾਣੇ ਬਹੁਤ ਘੱਟ ਸੁਣਦਾ ਹੂੰ ਹੂੰ ਬਹੁਤ ਰੀਅਰ ਰੀਅ ਚਾਂਸ ਜਾਨੀ ਕਿ ਸੁਣਨੇ ਵੀ ਆ ਤੇ ਗਣਵੇਂ ਚਣਵੇਂ ਜੇ ਹੁੰਦੇ ਉਹੀ ਰਿਪੀਟ ਕਰਕੇ ਸੁਣ ਲੈਂਦਾ ਬਹੁਤ ਘੱਟ ਸੁਣਦਾ ਪਰ ਮੈਂ ਸਿੱਧੂ ਮੂਸੇ ਵਾਲਾ ਵੀ ਐ ਵੀ ਕਾਵਾ ਬਹੁਤ ਘੱਟ ਸੁਣਿਆ ਹਨ ਪਹਿਲਾਂ ਪਰ ਜਦੋਂ ਚਲੋ ਪੜੇ ਵਿੱਚ ਨਹੀਂ ਰਿਹਾ ਹਨਾ ਪਰ ਬੰਦੇ ਨੂੰ ਹੁੰਦਾ ਦੁੱਖ ਵੀ ਆ ਵੀ ਹੁੰਦਾ ਕਿ ਯਾਰ ਬੰਦਾ ਚਲ ਗਿਆ ਹਨਾ ਫਿਰ ਬੰਦੇ ਦਾ ਆਟੋਮੈਟਿਕਲੀ ਉਸ ਚੀਜ਼ ਵੱਲ ਧਿਆਨ ਜਾਂਦਾ ਫਿਰ ਉਹਦੀਆਂ ਵੀਡੀਓ ਵਗੈਰਾ ਦੇਖੀਆਂ ਹੂੰ ਠੀਕ ਆ ਤੇ ਉਹਦੇ ਗਾਣੇ ਸੁਣੇ ਯਾਰ ਵਧੀਆ ਲੱਗੇ ਵਧੀਆ ਲੱਗੇ ਇੱਕ ਬੂਸਟ ਹੀ ਆ ਮਿਲਦਾ ਇੱਕ ਟਾਈਮ ਤੇ ਤੁਹਾਨੂੰ ਵੀ ਜੇ ਤੁਸੀਂ ਸੁਣਦੇ ਆ ਕਿਤੇ ਟਾਇਰਡ ਹੋਇਓ ਆ ਕਿਤੇ ਤੁਹਾਡਾ ਮਾਈਂਡ ਅਪਸੈਟ ਆ ਆ ਤੁਸੀਂ ਸੁਣਦੇ ਆ ਤੁਹਾਨੂੰ ਉਹ ਨਾ ਇਹਦਾ ਬੂਸਟ ਹੀ ਆ ਕਰ ਦਿੰਦੇ ਆ ਕੋਈ ਚੱਕਰ ਨਹੀਂ ਪੂਜ ਚੱਕਰ ਨਹੀਂ ਵਿਤੇ ਆ ਰਹਿ ਕੰਮ ਕਰਨ ਨੂੰ ਕੋਈ ਵੀ ਆ ਜੇ ਤੂੰ ਮੰਨ ਲਾ ਕੇ ਤੇਰਾ ਮਾਈਂਡ ਇਦਾਂ ਹੋਇਆ ਕਿ ਯਾਰ ਮੈਂ ਕੰਮ ਕੋਈ ਹੁੰਦਾ ਨਹੀਂ ਜਾਂ ਕੁਝ ਨਹੀਂ ਹੁੰਦਾ ਪਰ ਉਹਦੇ ਤੂੰ ਗਾਣੇ ਸੁਣ ਲਾ ਪਰ ਉਹ ਇਦਾਂ ਲੱਗਦਾ ਫਿਰ ਬੂਸਟ ਆ ਮਿਲਦਾ ਤੁਹਾਨੂੰ ਹਾਂ ਉਹੀ ਹਾਂ ਉਹੀ ਹੈ ਨਾ ਜੇ ਆਪਾਂ ਉਹੀ ਗੱਲ ਤੇ ਮੁੜ ਕੇ ਵਾਪਸ ਆਈਏ ਜਿਹੜੀ ਆਪਾਂ ਕਹਿੰਦੇ ਸੀ ਨਾ ਮੈਂ ਕਰ ਰਿਹਾ ਸੀ ਪਹਿਲੇ ਜਿਹੜੇ ਜਿਹਦੇ ਇਸ ਬੰਦੇ ਦੇ ਵਿੱਚ ਹੈ ਨਾ 5% ਵੀ ਇਨਸਾਨੀਅਤ ਹੈਗੀ ਆ ਉਸ ਬੰਦੇ ਨੇ ਹੈ ਨਾ ਉਸ ਦਿਨ ਸੋਗ ਮਨਾਇਆ ਜਿੱਦਣ ਉਹ ਹਨਾ ਗਿਆ ਜਿਹੜੇ ਬੰਦੇ ਉਹਨੂੰ ਲਾਈਕ ਨਹੀਂ ਸੀ ਨਾ ਕਰਦੇ ਉਹਨਾਂ ਦੇ ਮਨ 'ਚ ਵੀ ਕਿਤੇ ਨਾ ਕਿਤੇ ਉਹਦੇ ਲਈ ਰਿਸਪੈਕਟ ਸੀਗੀ ਵੀ ਜਿੱਦਾਂ ਦੇ ਗਾਣੇ ਸ਼ਾਇਦ ਉਹ ਗਾਣੇ ਚਾਹੁੰਦਾ ਸੀਗਾ ਹਨਾ ਜੇ ਆਪਾਂ ਉਹਦੇ ਆਖੀਰਲੇ ਕੁਝ ਗਾਣੇ ਸੁਣੀਏ ਜਾਂ SYL ਚਲੋ ਉਹ ਤਾਂ ਹਜੇ ਗਾਣਾ ਰਿਲੀਜ਼ ਨਹੀਂ ਹੋਇਆ ਸੀ ਹਨਾ ਪਰ ਉਹ ਗਾ ਕੇ ਤਾਂ ਉਹੀ ਗਿਆ ਸੀ ਨਾ ਜਿੱਦਾਂ ਦੇ ਗਾਣੇ ਉਹ ਜਿੱਦਦਰ ਨੂੰ ਉਹ ਜਾਣਾ ਚਾਹੁੰਦਾ ਸੀਗਾ ਹਨਾ ਤੇ ਉਹੋ ਜਦੋਂ ਗਾਣੇ ਆਏ ਜਾਂ ਜਿਹੜਾ ਪੰਜਾਬ ਗਾਣਾ ਆਇਆ ਹਨਾ ਉਹਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਹਨ ਜਿਹੜੇ ਆਪਣੇ ਆਪ ਨੂੰ ਆਲੋਚਕ ਸਮਝਦੇ ਸੀ ਉਹਦੇ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਰਿਸਪੈਕਟ ਉਹਦੇ ਵੱਲ ਲਈ ਸੀਗੇ ਭਾਵੇਂ ਉਹਨੂੰ ਪਸੰਦ ਨਹੀਂ ਸੀ ਕਰਦੇ ਹਨ ਇਹ ਵੀ ਇੱਕ ਹੁੰਦਾ ਵੀ ਤੁਸੀਂ ਕਿਸੇ ਨੂੰ ਪਸੰਦ ਕਰ ਸਕਦੇ ਆ ਪਰ ਤੁਹਾਡੇ ਲਈ ਰਿਸਪੈਕਟ ਨਹੀਂ ਹੁੰਦੀ ਹੈ ਹਨਾ ਕੀ ਵੇਲੇ ਹੁੰਦਾ ਨਾ ਆਪਾਂ ਨੂੰ ਬੰਦਾ ਯਾਰ ਮੈਨੂੰ ਬੜਾ ਘੈਂਟ ਲੱਗਦਾ ਪਰ ਹੈਗਾ ਚਵਲੇਈ ਆ ਹਨਾ ਕੀ ਵੇਲੇ ਇਦਾਂ ਹੋ ਜਾਂਦਾ ਪਰ ਉਹਦੇ ਲਈ ਜਿੱਦਾਂ ਜੇ ਉਹਨੂੰ ਕੋਈ ਨਹੀਂ ਵੀ ਪਸੰਦ ਕਰਦਾ ਸੀ ਨਾ ਪਰ ਉਹ ਉਹਨਾਂ ਦੇ ਮਨਚ ਰਿਸਪੈਕਟ ਸੀਗੀ ਤੇ ਉਹ ਰਿਸਪੈਕਟ ਜਦੋਂ ਉਹ ਚਲ ਗਿਆ ਉਸ ਤੋਂ ਬਾਅਦ ਵਾਰਗਣਾ ਆਇਆ ਭਾਵੇਂ ਉਹਦਾ ਆਇਆ ਹੋਵੇ ਐ ਐਸਵਾਈਐਲ Song ਆਇਆ ਹੋਵੇ ਨਾ ਉਹ ਗਾਣਿਆਂ ਦੇ ਕਰਕੇ ਮੈਨੂੰ ਲੱਗਦਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਹਨੇ ਕਿੱਧਰ ਨੂੰ ਉਹਦੀ ਕਲਮ ਨੇ ਜਾਣਾ ਸੀ ਕਿੱਧਰ ਨੂੰ ਕੋਸ਼ਿਸ਼ ਕੀਤੀ ਕੋਸ਼ਿਸ਼ ਕਰ ਰਹੀ ਸੀ ਗਾਉਣ ਦੀ ਚਾਹੇ ਉਹਦਾ ਰਾਜਨੀਤੀ ਦੇ ਵਿੱਚ ਵੀ ਆਉਣਾ ਹੋਵੇ ਹੈਨਾ ਤੇ ਉਹਨੂੰ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਕੀ ਕਰਨਾ ਕੀ ਚਾਹੁੰਦਾ ਸੀ ਲੋਕਾਂ ਦੀ ਭਲਾਈ ਕਰਨਾ ਚਾਹੁੰਦਾ ਸੀ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਸੀ ਤੇ ਮੈਨੂੰ ਲੱਗਦਾ ਹੁੰਦਾ ਹੈ ਨਾ ਕਿਤੇ ਨਾ ਕਿਤੇ ਐਦਾਂ ਲੱਗਣ ਲੱਪਿਆ ਹੁਣ ਵੀ ਜਿੰਨੀ ਉਹਦੀ ਚੜ੍ਹਾਈ ਸੀਗੀ ਹਨਾ ਤੇ ਉਹਦੇ ਜਾਣ ਤੋਂ ਬਾਅਦ ਜੋ ਕੁਝ ਵਾਪਰਿਆ ਜੋ ਲੋਕਾਂ ਦੇ ਵਿੱਚ ਜਿੱਥੇ-ਜਿੱਥੇ ਤੱਕ ਉਹਦੀ ਆਵਾਜ਼ ਪਹੁੰਚੀ ਹੈ ਨਾ ਡ੍ਰੇਕ ਦੇਖ ਲਓ ਉਹਨੂੰ ਸੁਣਦਾ ਹਨਾ ਸੁਣਦਾ ਸੀਗਾ ਉਹਨੂੰ ਫੋਲੋ ਕਰਦਾ ਸੀਗਾ ਨਾ ਤੇ ਵੱਡੇ-ਵੱਡੇ ਹੋਰ ਰੈਪਰ ਉਹਨੂੰ ਫੋਲੋ ਕਰਦੇ ਸੀ ਮੈਨੂੰ ਲੱਗਦਾ ਉਹ ਇੱਕ ਪੰਜਾਬ ਦਾ ਅਨਾ ਬਹੁਤ ਵੱਡਾ ਸਤਾਰਾ ਸਾਡੇ ਕੋਲ ਚੱਲ ਗਿਆ ਤੇ ਉਹਨੇ ਮੈਨੂੰ ਲੱਗਦਾ ਅੱਗੇ ਜਾ ਕੇ ਨਾ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸੀਗਾ ਵਰਲਡ ਲੈਵਲ ਦੇ ਉੱਤੇ ਹੈ ਨਾ ਭਾਵੇਂ ਆਪਣੇ ਗਾਣਿਆਂ ਦੇ ਵਿੱਚ ਹੋਵੇ ਭਾਵੇਂ ਆਪਣੇ ਹੋਰ ਕੰਮਾਂ ਦੇ ਕਰਕੇ ਉਹਨੇ ਕਰਨਾ ਸੀਗਾ ਤੇ ਚਲੋ ਘਾਟਾ ਹੈ ਨਾ ਹੋਇਆ ਤੇ ਆਪਾਂ ਕੀ ਕਰ ਸਕਦੇ ਹਾਂ ਤੂੰ ਇਹ ਦੇਖ ਉਹਨੂੰ ਸੁਣਦੇ ਜਿਹੜੇ ਲੋਕੀ ਸੁਣਦੇ ਸੀ ਇੱਕ ਹੁੰਦਾ ਕਿ ਇੱਕ ਸਿੰਗਰ ਆ ਉਹਨੂੰ ਇੱਕ ਏਜ ਦੇ ਬੰਦੇ ਸੁਣਦੇ ਆ ਕਿ ਹਾਂ ਉਹ ਇਦਾਂ ਦੇ ਗਾਣੇ ਸੁਣਦੇ ਹਾਂ ਬਿਲਕੁਲ ਹਾਂ ਵੀ ਉਹਨੂੰ ਇੱਕ ਐਸ ਕੇਜ ਦੇ ਬੰਦੇ ਜਾਂ 30 ਸਾਲ ਜਾਂ 35 ਜਾਂ 40 ਸਾਲ ਵਾਲੇ ਸੁਣਦੇ ਆ ਪਰ ਤੂੰ ਇਹਨੂੰ ਦੇਖ ਇਹਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਹਮ ਜਿਹੜੇ ਬੰਦੇ 올ਡ ਵੀ ਆ ਉਹ ਵੀ ਸੁਣਦੇ ਸੀ ਬਿਲਕੁਲ ਹਨਾ ਵੀ ਜਾਨੀ ਕਿ ਉਹ ਸਾਰਿਆਂ ਨੂੰ ਇੱਕੋ ਜਿਹਾ ਦਾ ਬੂਸਟ ਮਿਲਦਾ ਸੀ ਉਹਦੇ ਗਾਣਿਆਂ ਚ ਉਹ ਸਾਰੇ ਇਦਾਂ ਸੁਣਦੇ ਸੀ ਜਦੋਂ ਚਰ ਉਹ ਉਹਦੀ ਡੈਥ ਹੋ ਗਈ ਦੇਖ ਹੂੰ ਛੋਟੇ ਛੋਟੇ ਨਿਆਣੇ ਵੀ ਹੂੰ ਰੋਂਦੇ ਸੀਗੇ ਰੋਂਦੇ ਸੀ ਬਿਲਕੁਲ ਉਹ ਵੀ ਆਪਾਂ ਵੀਡੀਓ ਚ ਦੇਖੇ ਵੀ ਛੋਟੇ ਛੋਟੇ ਨਿਆਣੇ ਵੀ ਰੋਂਦੇ ਜਿਨ੍ਹਾਂ ਨੂੰ ਹਲੇ ਇੰਨਾ ਪਤਾ ਵੀ ਨਹੀਂ ਹੁੰਦਾ ਮਤਲਬ ਉਹਨਾਂ ਨੂੰ ਵੀ ਦੇਖ ਲੈ ਕਿੰਨਾ ਦੁੱਖ ਹੈਗਾ ਇਸ ਚੀਜ਼ ਦਾ ਵੀ ਉਹ ਇਹ ਦੇਖ ਉਹੀ ਨਿਆਣੇ ਨੇ ਵੱਡੇ ਵੀ ਹੋਣਾ ਸੀ ਹੂੰ ਹਾਂ ਹੈਨਾ ਉਹ ਉਹ 팬 ਫਾਲੋਇੰਗ ਉਹਦੀ ਵਧਣੀ ਸੀ ਉਹ ਉਹ ਜੁੜਿਓ ਆ ਨਾਲ ਉਹਦੇ ਯਾਰ ਦੋਸਤ ਹੋਰ ਗਾਂਦੀਆਂ ਵਧਣਾ ਹੀ ਸੀਗੇ ਹੋਰ ਤੇ ਜਿੱਦਾਂ ਹੁਣ ਉਹਦੇ ਲਾਸਟ ਵਾਲੇ ਗਾਣੇ ਸੁਣੀਏ ਭਾਵੇਂ ਲਾਸਟ ਰਾਈਡ ਸੀ ਹਨਾ ਜਾਂ एवरीवन ਹਰਟਸ ਉਹ ਗਾਣਾ ਸੁਣ ਕੇ ਦੇਖਿਓ ਨਾ ਵੀ ਚੁੱਪ ਇੰਨੇ ਜਾਦੇ ਆ ਡਿਪਰੈਸ਼ਨ ਲੱਗਦਾ ਹੈ ਹਨਾ ਉਹ ਮੈਨੂੰ ਲੱਗਦਾ ਨਾ ਕਿਤੇ ਨਾ ਕਿਤੇ ਉਹਦੇ ਆਖਰੀ ਟਾਈਮ ਦੇ ਵਿੱਚ ਉਹ ਵੀ ਯਾਨੀ ਕਿ ਬਹੁਤ ਆਈਸੋਲੇਟ ਹੋ ਚੁੱਕਿਆ ਸੀ ਕਈ ਵੇਲੇ ਹੁੰਦਾ ਨਾ ਬੰਦੇ ਆ ਮੈਂਟਲੀ ਗੱਲਾਂ ਹੁੰਦੀਆਂ ਆਪਣੇ ਦਿਮਾਗ ਦੇ ਵਿੱਚ ਆਪਾਂ ਗਲਤ ਵੀ ਹੋ ਸਕਦੇ ਹਾਂ ਇਸ ਇਹ ਵਾਲੀ ਇਹ ਵਾਲੀ ਗੱਲ ਦੇ ਵਿੱਚ ਕੀ ਵੇਲੇ ਹੁੰਦਾ ਨਾ ਬੰਦਾ ਬੜਾ ਆਈਸੋਲੇਟ ਹੋ ਜਾਂਦਾ ਆਪਣੇ ਆਪ ਦੇ ਵਿੱਚ ਬੰਦੇ ਨੂੰ ਲੱਗਣ ਲੱਗ ਪੈਂਦਾ ਵੀ ਮੈਂ ਇਕੱਲਾ ਹੀ ਹਾਂ ਹਨਾ ਭਾਵੇਂ ਲੱਖ ਆਪਣੇ ਕੋਲ ਲੋਕੀ ਹੋਣ ਹਨਾ ਦੋਸਤ ਹੋਣ ਘਰ ਵਾਲੇ ਆਪਣੇ ਮੰਮੀ ਡੈਡੀ ਹੋਣ ਪਰ ਕੀ ਵੇਲੇ ਲੱਗਦਾ ਵੀ ਉਹ ਆਪਾਂ ਬਹੁਤ ਆਈਸੋਲੇਟਡ ਫੀਲ ਕਰਦੇ ਹਾਂ ਉਹ ਜਿਹੜਾ ਐਵਰੀਬਾਡੀ ਹਰਟਸ ਗੀਤ ਸੁਣ ਕੇ ਦੇਖੋ ਤੁਹਾਨੂੰ ਲੱਗੂਗਾ ਕਿ ਉਹ ਬਹੁਤ ਇੱਕ ਤਰ੍ਹਾਂ ਨਾਲ ਟੁੱਟ ਚੁੱਕਿਆ ਸੀ ਹਨਾ ਇਹ ਅਗੇਨ ਆਪਾਂ ਹਨਾ ਕੋਈ ਉਹਨੂੰ ਗਲਤ ਨਹੀਂ ਕਹਿ ਰਹੇ ਪਰ ਉਹਦੀ ਕਿਉਂ ਜੇ ਕਿਸੇ ਅ ਨੇ ਉਹ ਗੱਲ ਲਿਖੀ ਆ ਹਨਾ ਜਦੋਂ ਕੋਈ ਕੋਈ ਗੱਲ ਲਿਖਦਾ ਕਾਪੀ ਤੇ ਢੀਠ ਮਾਰਦਾ ਹਨਾ ਕੋਈ ਗੱਲ ਲਿਖਦਾ ਹਨਾ ਕੋਈ ਵੀ ਗੀਤਕਾਰ ਆ ਉਹਨੂੰ ਮਨ ਚ ਕੋਈ ਨਾ ਕੋਈ ਗੱਲ ਹੁੰਦੀ ਤਾਂ ਹੀ ਆਉਂਦੀ ਆ ਹਨਾ ਉਹ ਸ਼ਬਦਾਂ ਦੇ ਵਿੱਚ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਇਦਾਂ ਦਾ ਕੁਝ ਚੱਲ ਰਿਹਾ ਸੀਗਾ ਜਿਹੜਾ ਉਹ ਗੀਤ ਲਿਖੇ ਗਏ ਹਨਾ एवरीवन ਹਰਟਸ ਹੋਵੇ ਚਾਹੇ ਲਾਸਟ ਰਾਈਡ ਹੋਵੇ ਤੇ ਉਹ ਮੈਨੂੰ ਥੋੜਾ ਲੱਗਦਾ ਹੁੰਦਾ ਕਿਤੇ ਨਾ ਕਿਤੇ ਵੀ ਕਈ ਵੇਲੇ ਬੰਦਾ ਉਦਦੇ ਹੀ ਨਾ ਹੁੰਦਾ ਨਹੀਂ ਪੋਜ਼ਿਟਿਵ ਨਹੀਂ ਹੁੰਦਾ ਉਦਾਂ ਉਹਦੇ ਗਾਣੇ ਸੁਣ ਲਓ ਕੋਈ ਹੋਰ ਹਨਾ ਸਾਰੇ ਚੱਕਵੇਂ ਲੱਖਵੇਂ ਹੁੰਦੇ ਸੀ ਪਰ ਅਖੀਰਲੇ ਗਾਣਿਆਂ ਦੇ ਵਿੱਚ ਥੋੜਾ ਥੋੜਾ ਲੱਗਦਾ ਵੀ ਕਿਤੇ ਨਾ ਕਿਤੇ ਹਨਾ ਡੀਮੋਟੀਵੇਟਿਡ ਹੋਇਆ ਸੀ ਜਾਂ ਉਹਨੂੰ ਲੱਗਦਾ ਸੀ ਵੀ ਨਹੀਂ ਯਾਰ ਜੋ ਵੀ ਹੋ ਰਿਹਾ ਹੈ ਉਹ ਠੀਕ ਨਹੀਂ ਹੈ ਜਾਹੇ ਕਿਸੇ ਵੀ ਤਰ੍ਹਾਂ ਹੋਵੇ ਹੁਣ ਚਲੋ ਆਪਾਂ ਗੱਲ ਤਾਂ ਨਹੀਂ ਕਰਨੀ ਚਾਹੁੰਦੇ ਉਹ ਤੇ ਜੇ ਆਪਾਂ ਗੱਲ ਕਰੀ ਉਹਦੀ ਸੰਘਰਸ਼ ਦੀ ਨਾ ਵੀ ਦੇਖ ਲਓ ਬੜੀ ਬੜੀ ਲੰਬੀ ਕਹਾਣੀ ਆ ਭਵੇਂ ਉਹ ਪੰਜ ਸਾਲ ਹੀ ਉਹਨੇ ਪਰ ਉਹ ਆਪਾਂ ਨੂੰ ਇਦਾਂ ਲੱਗਦਾ ਕਿ ਹਾਂ ਵੀ ਉਹ ਹੁਣ ਜੇ ਆਇਆ ਸੀਗਾ ਵੀ ਹੁਣ ਚਾਰ ਜਾਂ ਪੰਜ ਸਾਲ ਪਹਿਲਾਂ ਹਨਾ ਵੀ ਉਹ ਜਦੋਂ ਵੀ ਬਹੁਤ ਚੜ੍ਹਾਈ ਹੋ ਗਈ ਇੱਕੋ ਦਮ ਹੋ ਗਈ ਪਰ ਇਦਾਂ ਨਹੀਂ ਹੈਗਾ ਯਾਰ ਉਹਦੇ ਪਿੱਛੇ ਉਹਦਾ ਸੰਘਰਸ਼ ਤਾਂ ਸੀਗਾ ਹਨਾ ਉਹਦਾ ਵੀ ਉਹ ਕਦੋਂ ਤੋਂ ਟਰਾਈ ਕਰ ਰਿਹਾ ਕਰ ਰਿਹਾ ਸੀ ਕਦੋਂ ਤੋਂ ਲਿਖ ਰਿਹਾ ਸੀਗਾ ਕਦੋਂ ਤੋਂ ਆਪਣੇ ਮਾਈਂਡ ਸੀਗਾ ਕਿ ਮੈਂ ਕਿੱਥੇ ਤੱਕ ਪਹੁੰਚਣਾ ਆ ਹਨਾ ਇਹ ਤਾਂ ਇਹ ਉਹਨੂੰ ਪਤਾ ਸੀ ਜਾਂ ਉਹਦੇ ਨਾਲ ਜਿਹੜੇ ਉਹ ਬੰਦੇ ਜੁੜਿਓ ਸੀਗੇ ਉਸ ਟਾਈਮ ਤੇ ਇਹ ਉਹਨਾਂ ਨੂੰ ਪਤਾ ਸੀਗਾ ਹਨਾ ਹਰ ਇੱਕ ਨੂੰ ਇਹ ਚੀਜ਼ ਨਹੀਂ ਪਤਾ ਸੀਗਾ ਕਿ ਯਾਰ ਵੀ ਉਹ ਲੋਕ ਕਈਆਂ ਨੂੰ ਇਦਾਂ ਵੀ ਲੱਗਦਾ ਹਣਾ ਕਿ ਇੱਕੋ ਦਾਮੇ ਉੱਪਰ ਆ ਗਿਆ ਉਹ ਪਰ ਇਦਾਂ ਨਹੀਂ ਹੈਗਾ ਪਰ ਉਹਦੀ ਸੰਘਰਸ਼ਤਾ ਸੀਗਾ ਉਹਦਾ ਲਾਈਫ ਹਾਂ ਮੈਨੂੰ ਚੇਤੇ 2017 ਦੇ ਵਿੱਚ ਉਹਦਾ ਜਦੋਂ ਪਹਿਲਾ ਜੀ ਵੇਗਨ Song ਆਇਆ ਨਾ ਪਹਿਲੇ ਤਾਂ ਉਹਨੇ ਕਲਾਬ ਵਗੈਰਾ ਹੋਰ ਕਿਸੇ ਨੂੰ ਲਿਰਿਕਸ ਚਲੋ ਦਿੱਤੇ ਸੀਗੇ ਪਰ ਉਹਦੀ ਆਪਣੀ ਆਵਾਜ਼ 'ਚ ਜਦੋਂ ਜੀ ਵੇਗਨ ਗਾਣਾ ਆਇਆ 2017 ਦੇ ਵਿੱਚ ਉਦੋਂ ਇੱਥੇ ਆਪਣੇ ਬ੍ਰੈਂਪਟਨ ਬੜਾ ਹੋਇਆ ਵੀ ਆਪਣੇ ਇੱਥੇ ਦਾ ਮੁੰਡਾ ਆ ਨਾ ਵੀ ਸਟੂਡੈਂਟ ਆ ਵੀ ਉਹਦਾ ਗਾਣਾ ਆਇਆ ਬੜਾ ਅਸੀਂ ਗੱਡੀਆਂ-ਗੱਡੀਆਂ 'ਚ ਵਜਾਇਆ ਤੇ ਯਾਨੀ ਕਿ ਮਾਣ ਹੁੰਦਾ ਸੀ ਵੀ ਉਹ ਇੱਥੇ ਰਹਿ ਕੇ ਗਿਆ ਸਾਡੇ ਇੱਥੇ ਆਪਣਾ ਪਵਾ ਆਪਾਂ ਉਹਨੂੰ ਕਦੇ ਮਿਲੇ ਨਹੀਂ ਹੈਨਾ ਕਦੇ ਆਪਾਂ ਉਹਦੇ ਨਾਲ ਗੱਲ ਨਹੀਂ ਹੋਈ ਜਾਂ ਕਦੇ ਹੈਨਾ ਜਿੱਦਾਂ ਵੀ ਆ ਪਰ ਫੇ ਵੀ ਇਦਾਂ ਮਾਣ ਹੁੰਦਾ ਹੀ ਆ ਬੰਦੇ ਨੂੰ ਨਾ ਵੀ ਬ੍ਰੈਂਟਨ ਰਹਿ ਗਿਆ ਤੇ ਇੱਥੇ ਦਾ ਮੁੰਡਾ ਸਟੂਡੈਂਟ ਮੁੰਡਾ ਆਪਣਾ ਤੇ ਉਦੋਂ ਬੜਾ ਮਾਣ ਹੋਇਆ ਜਦੋਂ ਉਹਦਾ ਪਹਿਲਾ ਗੀਤ ਆਇਆ ਹਾਂ ਮੈਨੂੰ ਜਦੋਂ ਕੋਈ ਚੜ੍ਹਾਈ ਜੀ ਹੁਣੀ ਸਟਾਰਟ ਹੋਈ ਹੈ ਨਾ ਤੇ ਤੇ ਮੇਰਾ ਫਰੈਂਡ ਆ ਤੇ ਉਹ ਮੈਨੂੰ ਕਹਿੰਦਾ ਯਾਰ ਤੁਹਾਡੇ ਬ੍ਰੈਂਟਨ ਦਾ ਮੁੰਡਾ ਬੜਾ ਕਹਿੰਦਾ ਮਸ਼ਹੂਰ ਆ ਹੋਇਆ ਬੜੇ ਗਾਣੇ ਚੱਲਦੇ ਆ ਕਹਿੰਦਾ ਅੱਜਕੱਲ ਮੈਂ ਕਿਹਾ ਹਾਂ ਤੇ ਉਹ ਜੇਲਾ ਵੀ ਯਾਨੀ ਕਿ ਲੋਕਾਂ ਨੂੰ ਆਲੇ ਦੁਆਲੇ ਹਾਂ ਹਾਂ ਪਤਾ ਇਸ ਚੀਜ਼ ਦਾ ਲੱਗਣ ਲੱਪਿਆ ਸੀ ਹਨਾ ਹਾਂ ਹਾਂ ਇਹ ਤਾਂ ਗੱਲ ਹੈ ਜਦੋਂ ਉਹਦੀ ਸਟਾਰਟਿੰਗ ਜੇ ਹੋਈ ਆ ਹਾਂ ਹਾਂ ਉਹੀ ਦੇਖ ਲਓ ਪਹਿਲੇ ਜੇ ਹੁਣ ਘਰੋਂ ਵੀ ਠੀਕ ਠਾਕ ਸੀਗੇ ਹਨਾ ਤੇ ਇੱਥੇ ਆ ਕੇ ਐਜ਼ ਅ ਸਟੂਡੈਂਟ ਆ ਕੇ ਮਿਹਨਤ ਕਿੰਨੀ ਕਰਨੀ ਨਾਲ ਸਿੰਗਰ ਬਣਨਾ ਤੇ ਇੱਥੇ ਆਲਮੋਸਟ ਉਹਦੀ ਲਾਈਫ ਸੈਟਲ ਵੀ ਹੋ ਜਾਣੀ ਸੀ ਤੇ ਸੈਟਲ ਵੀ ਸੀਗੀ ਮੈਨੂੰ ਲੱਗਦਾ ਹਨਾ ਪਰ ਆਪਣੀ ਇੱਥੇ ਵਾਲੀ ਲਾਈਫ ਛੱਡ ਕੇ ਉਹਨੇ ਪਿੰਡ ਜਾਣਾ ਹਣਾ ਆਪਣੀ ਮਾਂ ਪਿਓ ਕੋ ਰਹਿਣਾ ਖੇਤਾਂ ਤੇ ਰਹਿਣਾ ਟਰੈਕਟਰ ਤੇ ਹਣਾ ਬਹਿ ਕੇ ਆਪਣੀ ਜ਼ਮੀਨ ਵਾਣੀ ਇਹ ਤੋਂ ਪਤਾ ਲੱਗਦਾ ਵੀ ਕਿੰਨਾ ਬੰਦਾ ਡਾਊਨ ਟੂ ਅਰਥ ਹੋ ਜਾਂਦਾ ਨਹੀਂ ਤਾਂ ਜੇ ਕੋਈ ਬਾਹਰ ਆ ਜਾਵੇ ਇੰਡੀਆ ਮੁੜ ਕੇ ਜਾਣ ਨੂੰ ਛੁੱਟੀਆਂ ਕੱਟਣੇ ਜਾਂਦਾ ਦੋ ਵੀਕਾਂ ਲਈ ਤਿੰਨ ਵੀਕਾਂ ਲਈ ਹਣਾ ਤੇ ਇਹ ਤੋਂ ਬਦਲ ਲੱਗਦਾ ਵੀ ਕਿੰਨਾ ਡਾਊਨ ਟੂ ਅਰਥ ਸੀ ਹੁਣ ਜੇ ਕੋਈ ਚੀਜ਼ ਛੱਡ ਕੇ ਜਾਣੀ ਆਉਂਦੇ ਸਾਰੇ ਆ ਇੱਥੇ ਨੂੰ ਛੱਡ ਕੇ ਕੋਈ ਕੋਈ ਜਾਂਦਾ ਆ ਹੂੰ 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 ਸੌਖੀ ਗੱਲ ਨਹੀਂ ਹੈਗੀ ਹਾਂ ਜਿਹੜੀ ਅੱਜ ਕੱਲ ਰੌਲਾ ਪੈ ਰਿਹਾ ਨਾ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਰਿਵਰਸ ਮਾਈਗ੍ਰੇਸ਼ਨ ਮੈਨੂੰ ਲੱਗਦਾ ਸਿੱਧੂ ਪਹਿਲਾ ਬੰਦਾ ਪਹਿਲਾ ਨਹੀਂ ਚਲੋ ਪਹਿਨਾ ਪਹਿਲਾ ਨੋਨ ਬੰਦਾ ਜੇ ਆਪਣਾ ਸੋਚੀਏ ਤਾਂ ਉਹ ਉਹ ਵੀ ਇੱਕ ਤਰ੍ਹਾਂ ਦੀ ਰਿਵਰਸ ਮਾਈਗ੍ਰੇਸ਼ਨ ਹੀ ਸੀਗੀ ਜਿਹੜਾ ਬਾਹਰੋਂ ਛੱਡ ਕੇ ਆਪਣਾ ਕੰਮ ਕਰ ਇੱਥੋਂ ਹਣਾ ਆਪਣਾ ਉਹਦੀ ਕਿਉਂ 20-30 ਸਾਲਾਂ ਦਾ ਸੀਗਾ ਉਹ ਹਣਾ ਸਾਰੀ ਜ਼ਿੰਦਗੀ ਬਿਤੀ ਸੀ ਉਹਦੇ ਕੋਲ ਇੱਥੇ ਕੱਟਣ ਨੂੰ ਹਣਾ ਇੱਥੇ ਕੰਮ ਕਰਨ ਨੂੰ ਪਰ ਉਹ ਛੱਡ ਕੇ ਇੰਡੀਆ ਜਾਣਾ ਉਹ ਵੀ ਬਹੁਤ ਵੱਡੀ ਗੱਲ ਆ ਹਣਾ ਇਹ ਤੋਂ ਪਤਾ ਲੱਗਦਾ ਵੀ ਕਿੰਨਾ ਡਾਊਨ ਟੂ ਅਰਥ ਸੀ ਆਪਣੀ ਮਿੱਟੀ ਨੂੰ ਕਿੰਨਾ ਪਿਆਰ ਕਰਦਾ ਸੀ ਹਣਾ ਬਾਕੀ ਯਾਰ ਉਹਦੇ ਗਾਣਿਆਂ ਦੇ ਕਈ ਹਨਾ ਉਹ ਵੀ ਬਹੁਤ ਕਿੰਤੂ ਪ੍ਰੰਤੂ ਕਰਦੇ ਆ ਵੀ ਹਥਿਆਰਾਂ ਵਾਲੇ ਹਨਾ ਗੀਤ ਗਾਉਂਦਾ ਸੀ ਹਨਾ ਉਹਦੇ ਉੱਤੇ ਆਪਾਂ ਇੱਕ ਲਗ ਪੋਡਕਾਸਟ ਲੈ ਕੇ ਆਵਾਂਗੇ ਪਰ ਮੈਨੂੰ ਲੱਗਦਾ ਕਿ ਜਿਹੜੇ ਹਥਿਆਰ ਹੁੰਦੇ ਨਾ ਭਾਵੇਂ ਕੋਈ ਵੀ ਹੋਵੇ ਹਨਾ ਉਹ ਤੁਹਾਡੇ ਦਿਮਾਗ ਦੀ ਖੇਡ ਆ ਵੀ ਤੁਹਾਡੇ ਦਿਮਾਗ ਨੇ ਉਹਨੂੰ ਕਿੱਦਾਂ ਵਰਤਣਾ ਹਥਿਆਰ ਨੂੰ ਹਨਾ ਹੁਣ ਹਥਿਆਰ ਆਪਣੇ ਦੇਸ਼ ਦੀ ਰੱਖਿਆ ਕਰਨ ਵਾਲੇ ਆ ਉਹਨਾਂ ਕੋਲ ਵੀ ਹੈਗੇ ਆ ਹਨਾ ਹਥਿਆਰ ਅੱਤਵਾਦੀਆਂ ਕੋ ਵੀ ਹੁੰਦੇ ਆ ਤਾਲਿਬਾਨ ਵਾਲਿਆਂ ਕੋ ਵੀ ਆ ਉਹ ਕਹਿੰਦੇ ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਦੇ ਆ ਹਨਾ ਗੱਲ ਹੈਗੀ ਦਿਮਾਗ ਦੀ ਤੁਸੀਂ ਕਿੱਦਾਂ ਨੂੰ ਸੋਚਣਾ ਹੈ ਨਾ ਕੀ ਕਰਨਾ ਹੈ ਤਾਂ ਦਿਮਾਗ ਕਿੰਨਾ ਕੁ ਟ੍ਰੇਨ ਆ ਹਨਾ ਸੋ ਹਥਿਆਰਾਂ ਦੀ ਗੱਲ ਤਾਂ ਯਾਰ ਉਹੀ ਹੋੜੋ ਕਰਨ ਲੱਗਾ ਸੀ ਇਹ ਤਾਂ ਪਹਿਲਾਂ ਤੋਂ ਹੋ ਰਹੀ ਹੈ ਪਹਿਲਾਂ ਤਾਂ ਆਪਾਂ ਗਾਣੇ ਸੁਣ ਲਈਏ ਜੇ ਆਪਣੇ ਜੇ ਤੁਸੀਂ ਪੁਰਾਣੇ ਗਾਣੇ ਵੀ ਸੁਣੋਗੇ ਕੋਈ ਵੀ ਸੁਣੋਗੇ ਇਹ ਤਾਂ ਗੱਲਾਂ ਉਹਨਾਂ ਚ ਵੀ ਹੈਗੀਆਂ ਆ ਹਮ ਪਰ ਇੱਕ ਗੱਲ ਸਿੱਧੂ ਦੀ ਏ ਆ ਹਨਾ ਬਈ ਉਹਨੇ ਕਦੇ ਵੀ ਜਦਾਂ ਕੁੜੀਆਂ ਨੂੰ ਗਲਤ ਕੱਪੜੇ ਪਵਾ ਕੇ ਜਾਂ ਕੁੜੀਆਂ ਬਾਰੇ ਕੋਈ ਗਲਤ ਇਦਾਂ ਦਾ ਗੀਤ ਨਹੀਂ ਗਾਇਆ ਜਿਹਦੇ ਕਰਕੇ ਉਹਦੇ ਹਨਾ ਮਾਪਿਓ ਨੂੰ ਵੀ ਸਿਰ ਝੁਕਾਉਣਾ ਪਵੇ ਜਾਂ ਇਦਾਂ ਕੁਝ ਹੋਵੇ ਹਨਾ ਇਹ ਵਾਲੇ ਇਦਾਂ ਦੇ ਗਾਣੇ ਉਹਦੇ ਨਹੀਂ ਸੀਗੇ ਨਹੀਂ ਸੀਗੇ ਨਾ ਇੱਕ दारू ਮੈਂ ਨਹੀਂ ਦੇਖਿਆ ਵੀ ਸਿੱਧੂ दारू ਪ੍ਰਮੋਟ ਕਰਦਾ ਹੋਵੇ ਜਾਂ ਕਿਸੇ ਗਾਣੇ ਦੇ ਵਿੱਚ ਉਹਨੇ ਸ਼ਰਾਬ ਦਾ ਜ਼ਿਕਰ ਕੀਤਾ ਹੋਵੇ ਕੀਤਾ ਵੀ ਹੋ ਸਕਦਾ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਹੋਊਗਾ ਜੇ ਹਿਸਾਬ ਨਾਲ ਆਪਾਂ ਉਹਦੀ ਲਾਈਫ ਦੇਖੀਏ ਜਾਂ ਉਹਦੇ ਗਾਣੇ ਹਨਾ ਸੁਨੇ ਆ ਜਿੰਨੇ ਕੁ ਸੁਨੇ ਆ ਤੇ ਹਥਿਆਰ ਮੈਨੂੰ ਲੱਗਦਾ ਆਪਣੇ ਸਾਰੇ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਵਿੱਚ ਹਨਾ ਸਾਰਿਆਂ ਦਾ ਇੱਕ ਇੱਕ ਤਰ੍ਹਾਂ ਦਾ ਆਪਾਂ ਬੋਡੀ ਪਾਰਟ ਆ ਹਨਾ ਸਾਰਿਆਂ ਦਾ ਅੰਗ ਹੈ ਆਪਣੇ ਹਨਾ ਤੇ ਮੈਨੂੰ ਲੱਗਦਾ ਹਥਿਆਰਾਂ ਨੂੰ ਜਿਹੜਾ ਜ ਹਥਿਆਰਾਂ ਦੇ ਕਰਕੇ ਉਹਨੂੰ ਮਾਰਾ ਕਹੀ ਜਾਣਾ ਉਹ ਵੀ ਮੈਨੂੰ ਲੱਗਦਾ ਗੱਲ ਚੰਗੀ ਨਹੀਂ ਇਹਦੇ ਤੇ ਆਪਾਂ ਅਲੱਗ ਪੋਡਕਾਸਟ ਲੈ ਕੇ ਆਵਾਂਗੇ ਤੇ ਇੱਕ ਵੀਡੀਓ ਵੀ ਬਣਾਉਣੀ ਆਪਾਂ ਹਥਿਆਰ ਕਿਉਂ ਜ਼ਰੂਰੀ ਆ ਤੁਹਾਡੇ ਨੂੰ ਕੈਰੀ ਕਰਨੇ ਉਹ ਚਲੋ ਆਪਾਂ ਗੱਲ ਇੱਥੇ ਅੱਜ ਨਹੀਂ ਕਰਦੇ ਠੀਕ ਆ ਹਾਂ ਹਾਂ ਜਦ ਜਦ ਤੂੰ ਹੁਣ ਹਥਿਆਰਾਂ ਦੀ ਗੱਲ ਕੀਤੀ ਹੈ ਨਾ ਕਿ ਉਹ ਫਿਲਮਾਂ ਦੇ ਆਪਣੇ ਗਾਣਿਆਂ ਦੇ ਵਿੱਚ ਹਥਿਆਰਾਂ ਦੇ ਜਿੱਦਾਂ ਜ਼ਿਆਦਾ ਜ਼ਿਕਰ ਕਰਦਾ ਸੀਗਾ ਪਰ ਜੇ ਉਹਦੀ ਤੁਸੀਂ ਉੱਦਾਂ ਲਾਈਫ ਦੇ ਵਿੱਚ ਦੇਖ ਲੈਂਦੇ ਹੋ ਉੱਦਾਂ ਤਾਂ ਬੜਾ ਸਿੰਪਲ ਜਿਹਾ ਬੰਦਾ ਸੀਗਾ ਉਹ ਆਪਾਂ ਵੀਡੀਓ ਦੇਖੀ ਦੀਆਂ ਉਹਦੀਆਂ ਦੇਖੋ ਯਾਰ ਇੰਨੀ ਚੜ੍ਹਾਈ ਆ ਬੰਦੇ ਦੀ ਉਹ ਕੁੜਤਾ ਪਜਾਮਾ ਪਾ ਕੇ ਰਹਿੰਦਾ ਸੀ ਹਾਂ ਆਪਣੇ ਟਰੈਕਟਰ ਦੇ ਵਧੀਆ ਜਿਹਾ ਹਾਂ ਵੀ ਜਾਨਕੀ ਦੇਸੀ ਜਿਹਾ ਬਣ ਕੇ ਰਹਿੰਦਾ ਸੀ ਨਾ ਆਪਣੇ ਉਹ ਜੋ ਪਹਿਲਾਂ ਸੀ ਉਹ ਉਦਾਂ ਦਾ ਸੀ ਬਾਹਲਾ ਉਹਨੇ ਆਪਣਾ ਪਰਸਨਲ ਲਾਈਫ ਸਟਾਈਲ ਜਿਹੜਾ ਚੇਂਜ ਨਹੀਂ ਕੀਤਾ ਕਿ ਮੇਰੇ ਕੋਲ ਇੰਨੀ ਫੇਮ ਆ ਗਈ ਆ ਮੈਂ ਇਨਾ ਚੜਾਈ ਆ ਨਹੀਂ ਤਾਂ ਇੱਕ ਕਿਸੇ ਦੇ ਕੋਲ ਨਾ ਉਦੀ ਚਾਰ ਪੈਸੇ ਬਾਧੂ ਆ ਜਾਣ ਹਨਾ ਬੰਦਾ ਉਹ ਹੁਈ ਚੌੜਾ ਹੋ ਗਿਆ ਤਰ ਲਾ ਪੰਦਾ ਉਹ ਵੀ ਕੱਪੜੇ ਚੇਂਜ ਗੱਡੀਆਂ ਚੇਂਜ ਕਰ ਲੈਂਦਾ ਹਨਾ ਉਹ ਪੈਸਾ ਤਾਂ ਆਇਆ ਆਇਆ ਨਾਲ ਜਿਹੜੀ ਸ਼ੋਹਰਤ ਮਿਲੀ ਹੈ ਦੇਖ ਉਹ ਵੀ ਹਨਾ ਤੇ ਉਹਦੇ ਨਾਲ ਵੀ ਉਹ ਇੰਨਾ ਵਾਲਾ ਚੇਂਜ ਨਹੀਂ ਹੋਇਆ ਚੇਂਜ ਨਹੀਂ ਹੋਇਆ ਨਹੀਂ ਤਾਂ ਕਿਸੇ ਸਿੰਗਰ ਦਾ ਇੱਕ ਦੋ ਗਾਣੇ ਆ ਜਣਾ ਨਾ ਪਿੰਡ ਛੱਡ ਕੇ ਮਹਾਲੀ ਚੰਡੀਗੜ੍ਹ ਨੂੰ ਹੋ ਜਾਂਦੇ ਚੰਡੀਗੜ੍ਹ ਨੂੰ ਬੁਲਾਉਣਾ ਹਟ ਜਾਂਦਾ ਬੁਲਾਉਣਾ ਹਟ ਜਾਂਦਾ ਆਪਣੇ ਨਾਲ ਦਿਆਂ ਨੂੰ ਬੁਲਾਉਣਾ ਹਟ ਜਾਂਦਾ ਜੇ ਉਹਦੇ ਨਾਲ ਦੇ ਉਹਨੂੰ ਬੁਲਾਉਂਦੇ ਆ ਪਰ ਇਹ ਪਰੇ ਨੂੰ ਮੂਹ ਕਰਕੇ ਨਾ ਲੈਂਦਾ ਕਿ ਮੇਰੇ ਤੇ ਚੜ੍ਹਾਈ ਹੋ ਗਈ ਹੈ ਹਨਾ ਪਰ ਉਹਦੇ ਵਿੱਚ ਇਦਾਂ ਦਾ ਨਹੀਂ ਸੀਗਾ ਹਨਾ ਜੋ ਵੀ ਉਹਦੇ ਨਾਲ ਬੰਦੇ ਜੁੜੇ ਹੋ ਸੀਗੇ ਤੇ ਉਹ ਵਧੀਆ ਸੀਗਾ ਬੁਲਾਉਂਦਾ ਪਰ ਆਪ ਨੂੰ ਵੀਡੀਓ 'ਚ ਵੀ ਦੇਖਣ ਨੂੰ ਮਿਲਦਾ ਆ ਕਿ ਹਲੀਮੀ ਨਾਲੇ ਬੋਲਦਾ ਸੀ ਉਹ ਬਹੁਤ ਹਨਾ ਨਿਮਰਤਾ ਸੀਗੀ ਹਨਾ ਅਦਾਸ ਸੀਗੀ 'ਚ ਤੇ ਇਹ ਚੀਜ਼ਾਂ ਵੀ ਆ ਕੰਟਰੋਲ ਕਰਨੀਆਂ ਜਿੱਦਾਂ ਕਿ ਪੈਸਾ ਆਇਆ ਸ਼ੋਹਰਤ ਆਈ ਹੈ ਨਾ ਔਖੀਆਂ ਹੁੰਦੀਆਂ ਦੇਖ ਲਓ ਉਹਨੇ ਇਹ ਚੀਜ਼ਾਂ ਵੀ ਉਹਦੇ ਕੰਟਰੋਲ ਕੀਤੀਆਂ ਸੀ ਕਿ ਬਈ ਆਪਣੇ ਆਪ ਨੂੰ ਇੰਨਾ ਬਦਲਿਆ ਨਹੀਂ ਉਹਨੇ ਬਦਲਿਆ ਨਹੀਂ ਉਹਨੇ ਹਾਂ ਬਿਲਕੁਲ ਬਿਲਕੁਲ ਸਿੰਪਲ ਤੇ ਸਾਦਾ ਜਨਾ ਉਹਦਾ ਸਿਗਰ ਰਹਿਣਾ ਰਸਣਾ ਹਾਂ ਤੇ ਮੈਂ ਅੱਜ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪੋਸਟ ਪੜ੍ਹ ਰਿਆ ਸੀ ਲਾਡੀ ਗੰਗੜ ਦੀ ਹੈ ਨਾ ਉਹਨੇ ਪਾਈ ਹੋਈ ਸੀ ਤੇ ਉਹਦੇ ਵਿੱਚ ਲਿਖਿਆ ਸੀ ਕਿ ਜਦੋਂ ਉਹਨੇ ਕੈਨੇਡਾ ਆਉਣਾ ਸੀਗਾ ਸਿੱਧੂ ਮੂਸੇ ਵਾਲੇ ਨੇ ਤੇ ਆਪਣੇ ਉਹ ਦੋ ਦੋ ਤਿੰਨ ਮਿੱਤਰਾਂ ਦੇ ਨਾਲ ਹਨਾ ਖੇਤ ਜਾ ਕੇ ਆਪਣੇ ਡੈਡੀ ਦੇ ਨਾਲ ਫੋਟੋ ਫੋਟਵਾ ਖਚਾਉਂਦੇ ਆ ਹਨਾ ਫੋਟੋਆਂ ਫੋਟਵਾਆਂ ਕਰਦੇ ਆ ਫੋਟੋ ਸ਼ੂਟ ਕਰਦੇ ਆ ਆਪਣਾ ਜਿੱਦਾਂ ਹੁੰਦਾ ਹੀ ਆ ਹਨਾ ਬਾਹਰ ਆਉਣ ਵੇਲੇ ਤੇ ਜਦੋਂ ਬਾਹਰ ਚੱਲ ਗਿਆ ਉਹ ਤੇ ਦੱਸਦੇ ਉਹਦੇ ਡੈਡੀ ਨੇ ਹਨਾ ਡੈਡੀ ਦੱਸਦਾ ਉਹਦਾ ਇਹ ਹੀ ਗੱਲ ਕਹਿੰਦਾ ਵੀ ਉਹਦੇ ਡੈਡੀ ਨੇ ਬਲਕੌਰ ਸਿੰਘ ਨੇ ਉੱਥੇ ਪਾਣੀ ਲਾਉਣਾ ਸੀ ਉਸ ਖੇਤ ਨੂੰ ਤੇ ਉਸ ਥਾਂ ਦੇ ਉੱਤੇ ਉਹਨੇ ਪਾਣੀ ਨਹੀਂ ਲਾਇਆ ਕਿ ਸਿੱਧੂ ਦੀਆਂ ਪੈੜਾਂ ਇੱਥੇ ਨੇ ਹਨਾ ਤੇ ਉਹ ਬਾਹਰ ਚਲੇ ਗਿਆ ਸਿੱਧੂ ਦੀਆਂ ਪੜਾ ਇੱਥੇ ਇਸ ਕਰਕੇ ਉਹਨੇ ਪਾਣੀ ਨਹੀਂ ਲਾਇਆ ਵੀ ਦੇਖੋ ਵੀ ਕਿੰਨਾ ਮਾਂ ਪਿਓ ਦਾ ਕਿੰਨਾ ਪਿਆਰ ਹਨਾ ਹੁਣ ਨਿਆਣੇ ਆਪਣੇ ਵੀ ਆ ਨਾ ਸਾਡੇ ਵੀ ਆ ਮੇਰੇ ਵੀ ਆ ਹੁਣ ਆਪਾਂ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਪਿਆਰ ਆਪਣੇ ਨਿਆਣਿਆਂ ਨੂੰ ਹਨਾ ਦੇ ਸਕੀਏ ਜਾਂ ਹਨਾ ਆਪਾਂ ਕੀ ਪਤਾ ਦਿੰਦੇ ਆ ਕਿ ਇਹ ਗੱਲ ਸੁਣ ਕੇ ਇਹ ਗੱਲ ਪੜ੍ਹ ਕੇ ਨਾ ਮੈਨੂੰ ਕਿਤੇ ਨਾ ਕਿਤੇ ਆਪਣੇ ਆਪ ਤੇ ਐਜ਼ ਅ ਪੇਰੈਂਟ ਹਨਾ ਸਵਾਲ ਜਿਹਾ ਹੋਣ ਲੱਗ ਪੰਦਾ ਵੀ ਕੀ ਅਸੀਂ ਇੰਨਾ ਨਿਆਣਿਆਂ ਦਾ ਕਰਦੇ ਜਿੰਨਾ ਉਹਦੇ ਡੈਡੀ ਉਹਦਾ ਸਿੱਧੂ ਦਾ ਕਰਦਾ ਸੀ ਹਨਾ ਉਹਨਾਂ ਦਾ ਆਪਸ ਵਿੱਚ ਆਪਸੀ ਉਹਨਾਂ ਦਾ ਕਿੰਨਾ ਸੀਗਾ ਪਿਆਰ ਹਨਾ ਤੇ ਉਹ ਜਾਨੀ ਕਿ ਗੱਲ ਇਦਾਂ ਦੀ ਸੀ ਮੈਂ ਜਦੋਂ ਪੜ੍ਹੀ ਮੈਨੂੰ ਆ ਮੈਂ ਸੋਚਣ ਤੇ ਮਜਬੂਰ ਹੋ ਗਿਆ ਮੈਂ ਕਿਹਾ ਵੀ ਨਹੀਂ ਯਾਰ ਹਨਾ ਵੀ ਗੱਲਬਾਤ ਹਨਾ ਇਦਾਂ ਦੀ ਉਹਦੇ ਵਿੱਚ ਇਦਾਂ ਸੀ ਕਿ ਪੇ ਆਲੋ ਨਹੀਂ ਸੀ ਪਿਆਰ ਪਿਆਰ ਮੁੰਡੇ ਆਲੋ ਸੀ ਵੀ ਸੀਗਾ ਤਦੇ ਤਾਂ ਉਹ ਇੱਥੋਂ ਉੱਥੇ ਚੱਲ ਗਿਆ ਉਹਨਾਂ ਕੋ ਦੁਆਰਾ ਉਹ ਇਦਾਂ ਹੀ ਨਹੀਂ ਸੀ ਮਤਲਬ ਪਿਆਰ ਸੀਗਾ ਤਾਂ ਗਿਆ ਹਨਾ ਨਹੀਂ ਤਾਂ ਹੁੰਦਾ ਵੀ ਇੱਥੇ ਆ ਗਏ ਆ ਬਾਪੂ ਇੰਡੀਆ ਬੈਠਾ ਕਰੀ ਜਾਵੇ ਆਪੇ ਇੱਥੇ ਸੱਦ ਲਾਂਗੇ ਛੇ ਮਹੀਨੇ ਰਹਿ ਲੂਗਾ ਤੇ ਹਨਾ ਕਰੀ ਜਾਵੇ ਮੋਸਟਲੀ ਇਦਾਂ ਹੀ ਹੁੰਦਾ ਹਨਾ ਮੋਸਟਲੀ ਇਦਾਂ ਹੀ ਹੁੰਦਾ ਹਨਾ ਜਿਹੜੇ ਇੱਥੇ ਆਏ ਆ ਆਪਾਂ ਵੀ ਆਏ ਇਦਾਂ ਹੀ ਹੁੰਦਾ ਵੀ ਚੱਲ ਡਮੰਬੀ ਡੈਡੀ ਘូម ਜਾਣਗੇ ਇੰਡੀਆ ਇੱਥੇ ਗੇੜਾ ਗੋੜਾ ਮਾਰ ਜਾਣਗੇ ਤੇ ਕੈਨੇਡਾ ਤੇ ਉੱਥੇ ਇੰਡੀਆ ਰਹਿ ਲੈਣਗੇ ਪਰ ਉਹ ਮੈਨੂੰ ਬੜੀ ਸਾਦ ਸਾਦਗੀ ਉਹਦੇ ਡੈਡੀ ਵੱਲੋਂ ਵੀ ਹਨਾ ਤੇ ਸਿੱਧੂ ਵੱਲੋਂ ਵੀ ਬੜੀ ਉਹ ਗੱਲਬਾਤ ਸੀਗੀ ਤੇ ਉਹ ਕਹਿੰਦੀ ਆ ਵੀ ਜਦੋਂ ਸਿੱਧੂ ਚਾਹੁੰਦਾ ਸੀ ਵੀ ਜਦੋਂ ਮੈਂ ਮਰਾਂ ਹਨਾ ਪੇ 10 ਸਾਲ ਦੇ ਜਵਾਨ ਤੋਂ ਲੈ ਕੇ ਬਜ਼ੁਰਗ ਤੱਕ 80 ਸਾਲ ਦੇ ਬਜ਼ੁਰਗ ਤੱਕ ਵੀ ਹਰੇਕ ਦੇ ਮੂੰਹ ਦੇ ਉੱਤੇ ਹਨਾ ਮੇਰੇ ਗਾਣੇ ਹੋਣ ਹਰੇਕ ਦੇ ਬੋਲਾਂ ਦੇ ਵਿੱਚ ਮੇਰਾ ਨਾਮ ਹੋਵੇ ਹਨਾ ਤੇ ਉਹੋ ਦੇਖ ਲਓ ਇਹ ਗੱਲਾਂ ਸਾਰੀਆਂ ਕਰਕੇ ਗਿਆ ਦੇਖ ਲਓ ਮੈਂ ਤੇ ਨਾ ਜਾ ਤਾਂ ਉਹਨੂੰ ਪਤਾ ਸੀ ਵੀ ਮੈਂ ਜੇਸ ਰਾਹ ਦੇ ਤੁਰਿਆ ਜਾਂ ਜਿਹੋ ਜਿਹੇ ਗਾਣੇ ਆ ਮੇਰੇ ਹਨਾ ਜਾਂ ਜਿੱਦਾਂ ਦੀ ਜਿੱਧਰ ਨੂੰ ਮੈਂ ਜਾ ਰਿਹਾ ਆ ਵੀ ਸ਼ਾਇਦ ਹਣਾ ਇਹ ਕੁਝ ਹੋ ਸਕਦਾ ਬੰਦੇ ਨਾਲ ਬਾਸ ਹੋਈ ਜਾਂਦਾ ਹੈ ਨਾ ਜਾਂ ਜਿੱਦਾਂ ਉਹਨੂੰ ਧਮਕੀਆਂ ਵੀ ਮਿਲ ਰਹੀਆਂ ਸੀ ਤਾਂ ਉਹਨੂੰ ਕਿਤੇ ਨਾ ਕਿਤੇ ਲੱਗ ਰਿਹਾ ਹੋ ਹੋ ਸਕਦਾ ਸੀ ਵੀ ਸ਼ਾਇਦ ਇਦਾਂ ਦੀ ਗੱਲ ਹੋ ਬਾਤ ਹੋ ਸਕਦੀ ਹੈ ਨਾ ਜਦਾਂ ਜਿਹੜੀਆਂ ਚਾਲਾ ਹੁਣ ਇੰਸਟਾਗ੍ਰam ਤੇ ਆ ਰੀਲ ਵਗੈਰਾ ਬਣਦੀਆਂ ਨਾ ਤੂੰ ਦੇਖ ਉਹਦੇ ਗਾਣਿਆਂ ਦੀਆਂ ਹੀ ਹੁੰਦੀਆਂ ਨਾ ਬਿਲਕੁਲ ਹੈ ਨਾ ਉਹਦੇ ਗਾਣਿਆਂ ਦੀਆਂ ਹੁੰਦੀਆਂ ਉਹਦੇ ਗਾਣਿਆਂ ਤੇ ਕੋਈ ਵੀ ਨਵਾਂ ਬੰਦਾ ਕੋਈ ਕੰਮ ਸ਼ੁਰੂ ਕਰਦਾ ਆ ਕੋਈ ਕੁਝ ਵੀ ਕਾਰ ਬਣਾਉਂਦਾ ਆ ਕੁਝ ਵੀ ਕਰਦਾ ਆ ਪਰ ਪਿੱਛੇ ਉਹਦਾ ਗਾਣਾ ਦੇਖ ਲੈ ਉਹ ਰੀਲ ਚਲਦਾ ਹੁੰਦਾ ਹੈ ਹਾਂ ਹੈਨਾ ਤੇ ਉਹਦੇ ਗਾਣੇ ਆ ਤੇ ਦੇਖ ਲੈ ਵੀ ਕਿੰਨਾ ਕਰੇਜ ਕਰੇਜ ਹੈਗਾ ਹਾਂ ਪਰ ਹੁਣ ਵੀ ਆ ਦੇਖ ਲੈ ਹੁਣ ਵੀ ਇਦਾਂ ਹੀ ਆ ਹੁਣ ਵੀ ਗਾਣੇ ਲੱਗਦੇ ਆ ਹੁਣ ਉਹਦੀ ਜੇ ਆਪਾਂ YouTube ਚੈਨਲ ਦੀ ਗ੍ਰੋਥ ਦੇਖੀਏ ਹੈਨਾ ਉਸ ਤੋਂ ਬਾਅਦ ਦੇਖ ਲੋ ਕਿੰਨੇ ਉਹਦੇ ਮਿਲੀਅਨ ਮੰਲਾਂ 7-8 ਮਿਲੀਅਨ ਸਬਸਕ੍ਰਾਈਬਰ ਉਹਦੇ ਜਾਣ ਤੋਂ ਬਾਅਦ ਹੀ ਆਏ ਆ ਹੈਨਾ ਉਹਦੀ ਰੀਚ ਹੋਰ ਵਧੀ ਆ ਹੈਨਾ ਪਰ ਪਰ ਹੁਣ ਗੱਲ ਇਹ ਆ ਕਿ ਉਹਦੇ ਹੀ ਆ ਆਵਾਜ਼ ਦੇ ਵਿੱਚ ਹੁਣ ਗਾਣੇ ਕਿੰਨੇ ਕੁ ਰਿਕਾਰਡ ਹੋਏ ਆ ਹਾਂ ਕੋਈ ਨਹੀਂ ਪਤਾ ਆਪਾਂ ਨੂੰ ਪਤਾ ਨਾ ਉਹ ਚਲੋਣ ਦੇ ਫਾਦਾ ਸਾਹਿਬ ਨੂੰ ਪਤਾ ਨਾ ਦੀ ਗਾਣੇ ਕੀ ਕਰਨਗੇ ਹੌਲੀ ਹੌਲੀ ਗਾਣੇ ਕੱਢਣਗੇ ਮੈਨੂੰ ਲੱਗਦਾ ਸਾਲ ਦੇ ਵਿੱਚ ਇੱਕ ਦੋ ਗਾਣੇ ਜੇ ਉਹਨਾਂ ਦੀ ਆਵਾਜ਼ ਉਹਨਾਂ ਕੋਲ 10 20 ਗਾਣੇ ਹੈਗੇ ਆ ਤਾਂ ਸਾਲ ਦੇ ਵਿੱਚ ਇੱਕ ਦੋ ਗਾਣੇ ਕੱਢੀ ਜਾਣ ਨਾ ਤਾਂ ਸਿੱਧੂ ਦੀ ਲੈਗਸੀ ਭਮਨਾ ਵੀ ਕੱਢਣ ਮੈਨੂੰ ਲੱਗਦਾ ਤਾਂ ਵੀ ਸਿੱਧੂ ਦੀ ਲੈਗਸੀ ਮੈਨੂੰ ਲੱਗਦਾ ਜੋ ਕਰ ਗਿਆ ਨਾ ਉਹ ਛੇਦੀ ਮੁਕਰੀਨੀ ਜੋ ਤੁਸੀਂ ਇਹ ਦੇਖੋ ਜਿੰਨੀ ਚੜ੍ਹਾਈ ਉਹਦੀ ਜਿਉਂਦੇ ਤੇ ਸੀਗੀ ਹਨਾ ਹੂੰ ਹੂੰ ਜਦੋਂ ਉਹ ਚੱਲ ਗਿਆ ਦੇਖ ਲੈ ਮੈਨੂੰ ਲੱਗਦਾ 19 ਚੜ੍ਹਾਈ ਉਹਦੀ ਹੋਰ ਹੋਰ ਬਾਅਦ ਹੋ ਗਈ ਆ ਲੋਕੀ ਉਹਨੂੰ ਜਾਣਨ ਲੱਗ ਪਏ ਆ ਹਾਂ ਬਿਲਕੁਲ ਹਨਾ ਅਰਬ ਕੰਟਰੀਆਂ ਦੇ ਵਿੱਚ ਵੀ ਮੈਂ ਕਹਿੰਦਾ ਯਾਰ ਉਹਦੇ ਗਾਣੇ ਵੱਜਦੇ ਆ ਹੂੰ ਹਨਾ ਮਿਊਜ਼ਿਕ ਜਿਹੜਾ ਉਹਦਾ ਮਿਊਜ਼ਿਕ ਜਿੰਨਾ ਬੂਸਟ ਦੇ ਰਿਹਾ ਸੀਗਾ ਹਾਂ ਹਨਾ ਹਾਂ ਇਹ ਚੀਜ਼ ਹੀ ਹੈਗੀ ਹਾਂ ਸਿੱਧੂ ਮੂਸੇ ਵਾਲੇ ਦੇ ਪੇਰੈਂਟਸ ਦੀ ਇੱਕ ਮੈਂ ਹੋਰ ਗੱਲ ਦੱਸਦਾ ਹਾਂ ਜਿੱਦਾਂ ਹੁਣ ਨਿਆਣੇ ਜਿੱਦਾਂ ਆਪਾਂ ਕਿਹਾ ਪਹਿਲੇ ਸਾਡੇ ਵੀ ਮੇਰੇ ਵੀ ਆ ਉਹ ਦੇਖ ਲਓ ਉਹਨਾਂ ਦੇ ਪੁੱਤ ਹਨਾ ਇਸ ਦੁਨੀਆ ਤੋਂ ਚਲਾ ਗਿਆ ਤੇ ਉਹ ਗੱਲ ਕਰ ਰਹੇ ਆ ਵੀ ਤੁਸੀਂ ਦੁੱਖ ਲਗਾਓ ਹਨਾ ਤੁਸੀਂ ਪੱਗਾ ਬੰਨਣੀਆਂ ਸਟਾਰਟ ਕਰੋ ਇਹੋ ਜੀ ਸੋਚ ਮੈਂ ਕਹਿਣਾ ਹੁੰਦਾ ਵੀ ਕਿੱਦਾਂ ਹਨਾ ਦਿਮਾਗ ਕਿੰਨਾ ਪਾਵਰਫੁੱਲ ਉਹਨਾਂ ਦਾ ਮਾਈਂਡ ਹੋਊਗਾ ਜਾਂ ਕਿੰਨੀ ਉਹਨਾਂ ਦੀ ਕਿੰਨੇ ਸਮਝਦਾਰ ਨੇ ਉਹ ਹਨਾ ਪੀ ਜਾਂ ਉਹਨਾਂ ਨੂੰ ਸਿੱਧੂ ਦੀ ਸੋਚ ਕਿੱਦਾਂ ਦੀ ਹੋਊਗੀ ਹੈਨਾ ਜਿਹੜੀ ਮੈਨੂੰ ਲੱਗਦਾ ਦੁਨੀਆ ਸਾਹਮਣੇ ਆ ਨਹੀਂ ਸਕੀ ਹੈਨਾ ਉਹਦੀ ਸੋਚ ਵੀ ਮੈਨੂੰ ਲੱਗਦਾ ਇੰਨੀ ਵਧੀਆ ਹੀ ਹੋਊਗੀ ਹੈਨਾ ਜਿਹੜੀ ਦੁਨੀਆ ਸਾਹਮਣੇ ਆ ਨਹੀਂ ਸਕੀ ਤੇ ਉਹ ਦੇਖੋ ਵੀ ਆਪਾਂ ਸੋਚ ਨਹੀਂ ਸਕਦੇ ਵੀ ਨਿਆਣੇ ਦੇ ਮਾੜੀ ਜਿਹੀ ਖਰੋਜ ਆ ਜਾਵੇ ਨਾ ਆਪਾਂ ਹੱਥ ਪੈਰਾਂ ਦੀ ਬਾਲੇ ਦੀ ਆ ਵੀ ਹਾਏ ਹਾਏ ਕੀ ਹੋ ਗਿਆ ਕੀ ਹੋ ਗਿਆ ਹੈਨਾ ਸਾਰੇ ਕੰਮ ਛੱਡ ਕੇ ਭੱਜੀਦਾ ਪਰ ਉਹਦੇ ਮਾਪੇ ਧੰਨੇ ਹੈਨਾ ਜਿਹੜੇ ਕਹਿ ਰਹੇ ਆ ਪੁੱਤ ਜਾਣ ਤੋਂ ਬਾਅਦ ਵੀ ਤੁਸੀਂ ਦੁੱਖ ਲਗਾਓ ਹੈਨਾ ਆ ਤੁਸੀਂ ਪਗਾਵਨ ਨੂੰ ਆਪਾਂ ਉਹਦੀ ਲੇਗਸੀ ਨੂੰ ਅੱਗੇ ਲੈ ਕੇ ਜਾਣਾ ਹਨਾ ਬਹੁਤ ਵਧੀਆ ਗੱਲ ਆ ਮੈਨੂੰ ਲੱਗਦਾ ਆਪਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਮੈਨੂੰ ਲੱਗਦਾ ਇਹਦੇ ਵਿੱਚ ਹਨਾ ਹੋਰ ਤਾਂ ਚਲੋ ਆਪਾਂ ਕੁਝ ਕਰ ਨਹੀਂ ਸਕਦੇ ਘੱਟੋ ਘੱਟ ਹੈਸ਼ਟੈਗ ਚ ਲਾ ਕੇ ਹਨਾ ਇੰਸਟਾਗ੍ਰam ਤੇ ਟਵਿੱਟਰ ਤੇ ਜ਼ਿਆਦਾ ਹਨਾ ਲੋਕੀ ਦੇਖਦੇ ਆ ਜ਼ਿਆਦਾ ਟ੍ਰੈਂਡਿੰਗ ਚ ਚੱਲਦਾ ਆ ਹੈਸ਼ਟੈਗ ਪਾ ਕੇ ਆਪਾਂ ਇੰਨਾ ਕੁ ਦਾ ਕਰ ਹੀ ਸਕਦੇ ਆ ਹਨਾ ਮੈਨੂੰ ਲੱਗਦਾ ਹੁੰਦਾ ਹਾਂ ਸਾਡੇ ਚੈਨਲ ਤੇ ਵੀਡੀਓ ਸਾਰੇ ਦੇਖ ਜਾਂਦੇ ਆ ਬਸ 15% ਹੀ ਲੋਗ ਆ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਜਿਹੜੇ ਸਬਸਕ੍ਰਾਈਬਰ ਆ ਸਾਡੇ ਸੋ ਬੇਨਤੀ ਇਹ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂ ਭਾਈ ਮੈਂ ਡਾਟਾ ਦੇਖਦਾ ਸੀ ਨਾ ਪਤਾ ਲੱਗ ਜਾਂਦਾ ਆ ਆ ਇਹ ਵੀਡੀਓ ਬੜੀ ਦੇਖ ਕੇ ਸਵਾਦ ਲੈ ਕੇ ਸਾਰੇ ਚੱਲ ਜਾਂਦੇ ਆ ਤੇ ਸਬਸਕ੍ਰਾਈਬ ਕਰਨਾ ਫਿਰ ਮੈਨੂੰ ਇਦਾਂ ਲੱਗਦਾ ਸਾਡੀ ਵੀਡੀਓ ਦੇ ਵਿੱਚ ਬਾਲਾ ਮਸਾਲਾ ਨਹੀਂ ਮਿਲਦਾ ਹੈਗਾ ਮਸਾਲਾ ਇਦਾਂ ਹੋ ਸਕਦੀ ਆ ਡੀਐਚ ਪਾ ਦਈਏ ਇਹ ਮਸਾਲਾ ਦਾ ਆਉਣ ਬਈ ਜਿੰਨੀ ਕੇ ਚੱਜ ਦੀ ਗੱਲ ਕਰ ਸਕਦੇ ਓੰਨੀ ਕੇ ਕਰ ਸਕਦੇ ਆ ਬਾਕੀ ਹੋਰ ਕਿਸੇ ਨੂੰ ਮਾੜਾ ਕਹਿ ਕੇ ਹਨਾ ਕਿਸੇ ਨੂੰ ਗਾਲੀ ਗਲੋਚ ਕਰਕੇ ਕਿਸੇ ਨੂੰ ਹਨਾ ਕੋਈ ਹੋਰ ਚੱਕਵਾ ਮੁੱਦਾ ਕਰਕੇ ਨਹੀਂ ਆਪਾਂ ਇਦਾਂ ਉਹ ਕਰਕੇ ਜਿੰਨੇ ਮਰਜੀ ਵਿਊ ਲੈ ਲਓ ਵਿਊ ਲੈ ਲਓ ਹਾਂ ਉਹ ਗੱਲ ਸਹੀ ਵੀ ਨਹੀਂ ਹੈਗੀ ਹਾਂ ਪਰ ਮੈਂ ਤੁਹਾਨੂੰ ਇਹ ਵੀ ਕਹਿੰਦਾ ਕਿ ਜਿਹੜੀ ਚੰਗੀ ਚੀਜ਼ ਹੁੰਦੀ ਆ ਚੱਜ ਦੀ ਗੱਲ ਹੁੰਦੀ ਆ ਹਨਾ ਹਾਂ ਉਹਨੂੰ ਫੇਰ ਚੱਲਣ ਨੂੰ ਥੋੜਾ ਬਹੁਤਾ ਤਾਂ ਟਾਈਮ ਲੱਗਦਾ ਹੁੰਦਾ ਹਾਂ ਹੌਲੀ ਹੌਲੀ ਲੋਕਾਂ ਤੱਕ ਪਹੁੰਚਦੀ ਹੁੰਦੀ ਆ ਇਹਦਾ ਇਸ ਚੀਜ਼ ਦਾ ਫਰਕ ਤਾਂ ਹੈਗਾ ਆ ਮਾੜੀ ਚੀਜ਼ ਛੇਤੀ ਪ੍ਰਮੋਟ ਹੋ ਜਾਂਦੀ ਆ ਜਿਹੜੀ ਕੋਈ ਚਲੋ ਚੰਗੀ ਆ ਜਾਂ ਠੀਕ ਆ ਹਨਾ ਹਾਂ ਹਾਂ ਜਿਹੱਚ ਕਿਸੇ ਨੂੰ ਮਾੜਾ ਨਹੀਂ ਕਿਹਾ ਗਿਆ ਉਹ ਉਹ ਚੀਜ਼ ਹੌਲੀ-ਹੌਲੀ ਜਾਂਦੀ ਆ ਨਾਲੇ ਯਾਰ ਮੈਨੂੰ ਇਦਾਂ ਹੁੰਦਾ ਨਾ ਵੀ ਲੋਕੀ ਆਪਣਾ ਟਾਈਮ ਕੱਢ ਕੇ ਨਾ ਆਉਂਦੇ ਆ ਹਨਾ ਵੀਡੀਓ ਦੇਖਦੇ ਆ ਤਾਂ ਮੈਨੂੰ ਹੁੰਦਾ ਕਿ ਕੋਸ਼ਣਾ ਕੋਸ਼ ਹਣਾ ਵਧੀਆ ਸੁਣ ਕੇ ਜਾਣ ਕੁਝ ਨਾ ਕੁਝ ਐਂਟਰਟੇਨਿੰਗ ਹੀ ਸੁਣ ਕੇ ਜਾਣ ਇਦਾਂ ਨਾ ਹੋਣ ਮੇਰੀ ਗੱਲ ਸੁਣ ਕੇ ਐਵੇਂ ਡਿਪਰੈਸ ਹੋ ਜਾਣਾ ਉਹਨੇ ਉਹਨੂੰ ਕਿ ਇਦਾਂ ਕਹੇ ਤਾਂ ਨਾ ਉਹਨੇ ਉਹਨੂੰ ਇਦਾਂ ਕਹੇ ਤਾਂ ਸੋ ਕੋਸ਼ਿਸ਼ ਇਹੀ ਹੁੰਦੀ ਹੈ ਆਪਣੀ ਵੀ ਵੀਡੀਓ ਦੇਖ ਕੇ ਸਵਾਦ ਲਓ ਹਣਾ ਐਂਟਰਟੇਨ ਹੋਵੋ ਕੋਈ ਚੱਜ ਦੀ ਗੱਲ ਸੁਣੋ ਵਧੀਆ ਲੱਗਦੀ ਲੱਗੇਗਾ ਤੇ ਸ਼ੇਅਰ ਕਰਦੇ ਹੋ ਹਾਂ ਤੂੰ ਕਹਿੰਦੇ ਮੇਰੀ ਆਦਤ ਇਹ ਹੈ ਕਿ ਯਾਰ ਕਿਸੇ ਨੂੰ ਮਾੜਾ ਨਾ ਕਹੋ ਨਹੀਂ ਲੋੜ ਹੀ ਨਹੀਂ ਆ ਕਿ ਜੇ ਤੁਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਹਨ ਕਿਸੇ ਨੂੰ ਮਾੜਾ ਬਿਨਾ ਕਹੋ ਕਿ ਕਿਸੇ ਨੂੰ ਮਾੜਾ کہہ ਕੇ ਪ੍ਰਮੋਟ ਨਾ ਕਰੋ ਹਨ ਜੋ ਤੁਹਾਡੇ ਵਿਚਾਰ ਆ ਠੀਕ ਆ ਉਹ ਤੁਸੀਂ ਆਪਣੇ ਪੇਸ਼ ਕਰ ਸਕਦੇ ਹੋ ਮੋਰੀ ਰੱਖ ਸਕਦੇ ਆ ਹਨ ਵੀ ਜਾਣ ਕੇ ਨਾ ਕਿ ਆਪਣੀ ਚੀਜ਼ ਨੂੰ ਗਾਂ ਵਧਾਉਣ ਲਈ ਚਲਾਉਣ ਲਈ ਹਨ ਵੀ ਮਾੜਾ ਨਾ ਕਹੋ ਤੇ ਉਹ ਜਾਨੀ ਕਿ ਇਹੀ ਆਪਣੀ ਕੋਸ਼ਿਸ਼ ਹੁੰਦੀ ਆ ਵੀ ਜ਼ਰੂਰੀ ਨਹੀਂ ਵੀ ਤੁਹਾਡੀ ਸੋਚ ਸਾਡੇ ਨਾਲ ਮਿਲੇ ਜਾਂ ਸਾਡੀ ਸੋਚ ਤੁਹਾਡੇ ਨਾਲ ਮਿਲੇ ਹਨ ਪੁਆਇੰਟ ਆਫ View ਸਾਰਿਆਂ ਦਾ ਅਲੱਗ-ਅਲੱਗ ਹੋ ਸਕਦਾ ਆ ਆਪਣਾ ਘਰ ਵਾਲੀ ਦੇ ਨਾਲ ਵੀ ਕੋਈ ਆਪਣਾ ਬਾਲਾ ਪੁਆਇੰਟ ਆਫ View ਆਪਣਾ ਰਲਦੀ ਨਹੀਂ ਹੁੰਦੀ ਗੱਲਬਾਤ ਇਹਦਾ ਮਤਲਬ ਇਹ ਨਹੀਂ ਆਪਾਂ ਉਹਨੂੰ ਗਾਲਾ ਕੱਢੀ ਦਈਏ ਹੈ ਹਨਾ ਤਾਂ ਉਹਨੂੰ ਕਮੈਂਟ ਕਰੀਦੇ ਆ ਆਪਾਂ ਆ ਉਹਦੇ ਨਾਲ ਜ਼ਿੰਦਗੀ ਜੀਦੀ ਆ ਸੋ ਉਹੀ ਆ ਸਾਡੀ ਫੇਅਰ ਬੈਂਡ ਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗਦੀ ਠੀਕ ਠਾਕ ਲੱਗਦੀ ਹੁੰਦੀ ਹੋਰ ਪੋਡਕਾਸਟ ਥੱਲੇ ਪਏ ਆ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਉਹ ਜਾ ਕੇ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਮੇਰ ਕਦੇ ਸਤਿ ਸ਼੍ਰੀ ਅ